ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਗਾਂਹ ਵਾਧੂ ਪਿੰਡ ਸੁੱਜੋ ਵਿਖੇ ਸ਼ਹੀਦ ਤਰਸੇਮ ਲਾਲ ਯੂਥ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਸੁੱਜੋ, ਨਗਰ ਨਿਵਾਸੀ ਯੂਥ ਸਪੋਰਟਸ ਕਲੱਬ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ 34ਵਾਂ ਸ਼ਹੀਦ ਤਰਸੇਮ ਲਾਲ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਬਹੁਤ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਇਹ ਟੂਰਨਾਮੈਂਟ ਤਨ ਤਨ ਸ੍ਰੀਮਾਨ 108 ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਪਿੰਡ ਸੁੱਜੋ, ਲਖਵਿੰਦਰ ਸਿੰਘ ਲੱਖਾ, ਪ੍ਰਦੀਪ ਕੁਮਾਰ ਸਿੱਪਾ, ਗੁਰਮੀਤ ਸਿੰਘ ਫੁੱਟਬਾਲਰ ਅਤੇ ਸ਼ਹੀਦ ਤਰਸੇਮ ਲਾਲ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਕੀਤਾ ਗਿਆ, ਜੋ ਸ਼ਹੀਦ ਤਰਸੇਮ ਲਾਲ ਯਾਦਗਾਰੀ ਸਟੇਡੀਅਮ ਸੁੱਜੋ ਵਿਖੇ ਪੂਰੇ 5 ਦਿਨ ਚੱਲਦਾ ਰਿਹਾ। ਇਸ ਟੂਰਨਾਮੈਂਟ ਵਿੱਚ ਟੀਮ ਏ ਅਤੇ ਟੀਮ ਬੀ ਕੈਟੇਗਰੀ ਦੀਆਂ ਓਪਨ ਅਤੇ ਪਿੰਡ ਪੱਧਰ ਦੀਆਂ ਲਗਭਗ 26 ਟੀਮਾਂ ਨੇ ਆਪੋ ਆਪਣੀ ਖੇਡ ਮੁਹਾਰਤ ਦਾ ਭਰਵਾਂ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦਾ ਉਦਘਾਟਨ ਸਮੂਹ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਸ਼ਹੀਦ ਤਰਸੇਮ ਲਾਲ ਜੀ ਦੀ ਸੁਪਤਨੀ ਸ਼੍ਰੀਮਤੀ ਅਮਰ ਕੌਰ ਜੀ ਅਤੇ ਸਰਦਾਰ ਬਲਵਿੰਦਰ ਸਿੰਘ ਯੂਕੇ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਸਰਦਾਰ ਤਰਨਜੀਤ ਸਿੰਘ ਸਰਪੰਚ ਦੀ ਰਹਿਨੁਮਾਈ ਹੇਠ ਸਮੂਹ ਪ੍ਰਬੰਧਕਾਂ ਨੇ ਸ਼ੁਰੂਆਤੀ ਟੀਮਾਂ ਸੁੱਜੋ ਅਤੇ ਲਦਾਣਾ ਚਿੱਕਾ ਨਾਲ ਜਾਣ ਪਛਾਣ ਕੀਤੀ ਅਤੇ ਯਾਦਗਾਰੀ ਫੋਟੋ ਖਿਚਵਾਈ। ਟੂਰਨਾਮੈਂਟ ਦੀ ਆਰੰਭਤਾ ਵਿੱਚ ਹੀ ਦੋਹਾਂ ਟੀਮਾਂ ਦਾ ਸਖ਼ਤ ਮੁਕਾਬਲਾ ਹੋਇਆ ਅਤੇ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਕਿੱਕਾਂ ਰਾਹੀਂ ਫੈਸਲਾ ਹੋਇਆ, ਜਿਸਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਸ ਤੋਂ ਬਾਅਦ 4 ਦਿਨ ਲਗਾਤਾਰ ਵੱਖ ਵੱਖ ਟੀਮਾਂ ਦੇ ਮੁਕਾਬਲੇ ਹੁੰਦੇ ਰਹੇ ਅਤੇ ਜੇਤੂ ਟੀਮਾਂ ਫਾਈਨਲ ਮੈਚ ਖੇਡਣ ਲਈ ਅੱਗੇ ਵਧਦੀਆਂ ਗਈਆਂ। ਵੱਡੇ ਸੰਘਰਸ਼ ਤੋਂ ਬਾਅਦ ਵਿੱਚ ਪਿੰਡ ਸ਼ਮੰਦੜਾ ਅਤੇ ਬਰਨਾਲਾ ਕਲਾਂ ਦੀਆਂ ਟੀਮਾਂ ਵਿਚਕਾਰ ਫਾਈਨਲ ਮੈਚ ਹੋਇਆ। ਸਰਦਾਰ ਬਲਵੀਰ ਸਿੰਘ ਯੂਕੇ ਅਤੇ ਤਰਨਜੀਤ ਸਿੰਘ ਸਰਪੰਚ ਵੱਲੋਂ ਕਲੱਬ ਮੈਂਬਰਾਂ ਸਮੇਤ ਬੀ ਗਰੁੱਪ ਦੀਆਂ ਦੋਨੋਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਗਈ ਅਤੇ ਯਾਦਗਾਰੀ ਫੋਟੋ ਖਿਚਵਾਈਆਂ ਗਈਆਂ। ਸਰਦਾਰ ਜਤਿੰਦਰ ਸਿੰਘ ਜੀ ਵੱਲੋਂ ਕਲੱਬ ਦੀ ਆਮਦਨ ਅਤੇ ਖਰਚ ਦਾ ਇੱਕ ਇੱਕ ਪੈਸੇ ਦਾ ਹਿਸਾਬ ਬੜੇ ਪਾਰਦਰਸ਼ੀ ਢੰਗ ਨਾਲ ਰੱਖਿਆ ਜਾਂਦਾ ਹੈ। ਬੱਚਿਆਂ ਦੇ ਉਜਵਲ ਭਵਿੱਖ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਸ਼ਹੀਦ ਤਰਸੇਮ ਸਿੰਘ ਜੀ ਦੀ ਸ਼ਹਾਦਤ ਦੀ ਗੱਲ ਕਰਦੇ ਹੋਏ ਸਮਾਜ ਸੇਵੀ ਸਰਦਾਰ ਬਲਵਿੰਦਰ ਸਿੰਘ ਬਾਵਾ ਉਪ ਪ੍ਰਧਾਨ ਨੇ ਕਿਹਾ ਕਿ ਇਹ ਜੋ ਟੂਰਨਾਮੈਂਟ ਸੁੱਜੋ ਨਗਰ ਦੇ ਵਿੱਚ ਕਰਵਾਇਆ ਜਾਂਦਾ ਹੈ, ਇਹ ਸ਼ਹੀਦ ਤਰਸੇਮ ਲਾਲ ਦੀ ਯਾਦ ਦੇ ਵਿੱਚ ਕਰਵਾਇਆ ਜਾਂਦਾ ਹੈ। ਸ਼ਹੀਦ ਤਰਸੇਮ ਲਾਲ ਜੀ ਉਹ ਯੋਧੇ ਹੋਏ ਹਨ ਜਿਹੜੇ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੀ 1965 ਦੀ ਜੰਗ ਦੇ ਵਿੱਚ ਸ਼ਹੀਦ ਹੋਏ ਹਨ। ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਸਾਡੇ ਨਗਰ ਪੰਚਾਇਤ ਅਤੇ NRE ਵੀਰ ਭਰਾ ਅਤੇ ਸਪੋਰਟਸ ਕਲੱਬ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਕੀਤਾ ਜਾਂਦਾ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇਹੋ ਜਿਹੇ ਉਪਰਾਲੇ ਹੁੰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੁੱਟਬਾਲ ਟੂਰਨਾਮੈਂਟ ਦੌਰਾਨ ਛੋਟੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਗਏ। ਪ੍ਰਾਇਮਰੀ ਅਤੇ ਮਿਡਲ ਸਕੂਲ ਪੱਧਰ ਦੇ ਬੱਚਿਆਂ ਦੀਆਂ ਅਲੱਗ ਅਲੱਗ ਟੀਮਾਂ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਗਏ ਅਤੇ ਸਾਰੇ ਦੌੜਾਕਾਂ ਨੂੰ ਪ੍ਰਬੰਧਕਾਂ ਵੱਲੋਂ ਇਨਾਮ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਟੂਰਨਾਮੈਂਟ ਦੇ 5 ਦਿਨ ਖਿਡਾਰੀਆਂ ਅਤੇ ਦਰਸ਼ਕਾਂ ਲਈ ਚਾਹ ਅਤੇ ਪਕੌੜਿਆਂ ਦਾ ਖੁੱਲ੍ਹਾ ਲੰਗਰ ਚਲਾਇਆ ਗਿਆ। ਬਾਅਦ ਦੁਪਹਿਰ ਬਾਬੇ ਨਾਨਕ ਦੇ ਲੰਗਰ ਦੀ ਸੇਵਾ ਲਈ ਪ੍ਰਬੰਧਕਾਂ ਅਤੇ ਦਾਨੀ ਸੱਜਣਾਂ ਸਮੇਤ ਸੇਵਾਦਾਰ ਵੀ ਵਧਾਈ ਦੇ ਪਾਤਰ ਹਨ। ਇਲਾਕੇ ਭਰ ਤੋਂ ਖੇਡ ਪ੍ਰੇਮੀ ਇਸ ਟੂਰਨਾਮੈਂਟ ਦਾ ਆਨੰਦ ਮਾਣਨ ਲਈ ਹਰ ਰੋਜ਼ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦੇ ਰਹੇ। ਆਏ ਹੋਏ ਦਰਸ਼ਕਾਂ ਲਈ ਸਟੇਡੀਅਮ ਵਿੱਚ ਬੈਠ ਕੇ ਮੈਚ ਦੇਖਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ। ਸ਼ਹੀਦ ਤਰਸੇਮ ਲਾਲ ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਤਰਨਜੀਤ ਸਿੰਘ ਸਰਪੰਚ ਅਤੇ ਉਪ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਬਾਵਾ ਦੀ ਰਹਿਨੁਮਾਈ ਹੇਠ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸ਼ਾਨਦਾਰ ਟਰਾਫੀਆਂ ਅਤੇ ਯਾਦ ਚਿੰਨ੍ਹਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸਰਦਾਰ ਲਖਵੀਰ ਸਿੰਘ ਵਿਰਾਗੀ, ਪ੍ਰਦੀਪ ਸਿੰਘ, ਹਰਜੋਤ ਸਿੰਘ ਜੋਤੀ, ਸਰਬਜੋਤ ਸਿੰਘ ਸਾਬੀ, ਇੰਦਰਜੀਤ ਸਿੰਘ ਗੋਲਡੀ ਅਤੇ ਮੋਹਨ ਸਿੰਘ ਗਿੱਧਾ ਨੇ ਵੀ ਟੂਰਨਾਮੈਂਟ ਦੀ ਕਾਮਯਾਬੀ ਲਈ ਭਰਪੂਰ ਯੋਗਦਾਨ ਪਾਇਆ। ਰੈਫਰੀ ਸਤਨਾਮ ਸਿੰਘ ਸੱਤਾ, ਸੰਤੋਖ ਸਿੰਘ, ਸਤਵੀਰ ਸਿੰਘ ਅਤੇ ਜਤਿੰਦਰ ਸਿੰਘ ਨੂੰ ਸਾਰੇ ਮੈਚ ਨਿਰਪੱਖਤਾ ਨਾਲ ਖਿਡਾਉਣ ਲਈ ਅਹਿਮ ਭੂਮਿਕਾ ਨਿਭਾਉਣ ਬਦਲੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਟੀਮ ਏ ਦੇ ਫਾਈਨਲ ਵਿੱਚ ਪੁੱਜੀਆਂ ਪਿੰਡ ਸਮੁੰਦੜਾ ਅਤੇ ਬਰਨਾਲਾ ਕਲਾਂ ਦੀਆਂ ਟੀਮਾਂ ਨਾਲ ਪ੍ਰਬੰਧਕਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਸਾਂਝੇ ਤੌਰ ਤੇ ਜਾਣ ਪਛਾਣ ਕੀਤੀ ਗਈ ਅਤੇ ਯਾਦਗਾਰੀ ਫੋਟੋ ਖਿਚਵਾਉਣ ਉਪਰੰਤ ਮੈਚ ਆਰੰਭ ਕਰਵਾਇਆ ਗਿਆ। ਟੀਮ ਏ ਦੇ ਹੋਏ 5ਵੇਂ ਮੁਕਾਬਲੇ ਦੌਰਾਨ ਪਿੰਡ ਸਮੁੰਦੜਾ ਦੀ ਟੀਮ ਜੇਤੂ ਅਤੇ ਪਿੰਡ ਬਰਨਾਲਾ ਕਲਾਂ ਦੀ ਟੀਮ ਉਪ ਜੇਤੂ ਰਹੀ ਅਤੇ ਪ੍ਰਬੰਧਕਾਂ ਵੱਲੋਂ ਦੋਹਾਂ ਟੀਮਾਂ ਨੂੰ ਸ਼ਾਨਦਾਰ ਟਰਾਫੀਆਂ ਅਤੇ ਨਗਦ ਇਨਾਮਾਂ ਨਾਲ ਨਿਵਾਜਿਆ ਗਿਆ। ਸਰਦਾਰ ਜਤਿੰਦਰ ਸਿੰਘ, ਸਤਨਾਮ ਸਿੰਘ ਪੰਚ, ਬਲਜੀਤ ਸਿੰਘ ਗਿੱਧਾ, ਜੋਗਿੰਦਰ ਸਿੰਘ ਟੇਸੀ, ਮੋਹਨ ਸਿੰਘ ਅਤੇ ਸੁਰਿੰਦਰ ਸਿੰਘ ਕੈਨੇਡਾ ਦੀ ਸਮੁੱਚੀ ਟੀਮ ਵੱਲੋਂ ਸ਼ਹੀਦ ਦੀ ਪਤਨੀ ਅਮਰ ਕੌਰ, ਦਾਨੀ ਸੱਜਣਾ ਅਤੇ ਸਹਿਯੋਗੀਆਂ ਦਾ ਬਣਦਾ ਮਾਣ ਸਤਿਕਾਰ ਕੀਤਾ ਗਿਆ।
ਸੁੱਜੋ ਦੇ 26 ਪਰਿਵਾਰਾਂ ਦਾ ਸੰਬੰਧ ਭਾਰਤੀ ਫੌਜ ਨਾਲ ਰਿਹਾ ਹੈ, ਜਿਨ੍ਹਾਂ ਵਿੱਚੋਂ ਕੁਝ ਸ਼ਹੀਦ ਵੀ ਹੋਏ। ਸਪੋਰਟਸ ਕਲੱਬ ਦੀ ਵਧੀਆ ਸੋਚ ਹੈ ਕਿ ਉਹਨਾਂ ਵੱਲੋਂ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਦਾ ਮੰਚ ਤੋਂ ਬਣਦਾ ਮਾਨ ਸਨਮਾਨ ਕੀਤਾ ਜਾਵੇ। ਦੇਰ ਸ਼ਾਮ ਵੇਲੇ ਉੱਘੇ ਸੰਗੀਤਕਾਰ ਅਤੇ ਗਾਇਕ ਸਰਦਾਰ ਦਵਿੰਦਰ ਸਿੰਘ ਸੁੱਜੋ ਵੱਲੋਂ ਸੱਭਿਆਚਾਰਕ ਗੀਤਾਂ ਰਾਹੀਂ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ ਗਿਆ, ਜਿਨ੍ਹਾਂ ਦੀ ਧੁੰਨ ਤੇ ਹਨੇਰਾ ਹੋ ਜਾਣ ਦੇ ਬਾਵਜੂਦ ਵੀ ਚੰਨ ਦੀ ਲੋਏ ਖਿਡਾਰੀਆਂ ਨੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਅਲਗੀ ਧਰਦੇ ਪੁੱਤਰਾਂ ਨੇ ਜੀ ਕਿਤੇ ਨਮਨੀਆਂ ਹਾਰਾਂ ਨੇ ਰੱਖੇ ਸਦਾ ਬੁਲੰਦ ਹੌਸਲੇ ਯੋਧਿਆਂ ਸਿੰਘ ਸਰਦਾਰ ਰੱਖੇ ਸਦਾ ਬੁਲੰਦ ਹੌਸਲੇ ਯੋਧਿਆਂ ਸਿੰਘ ਸਰਦਾਰ। ਕਾਮਯਾਬੀ ਲਈ ਬਲਵੀਰ ਸਿੰਘ ਯੂਕੇ, ਸਵਰਗੀ ਬਚਿੱਤਰ ਸਿੰਘ ਯੂਕੇ ਦੇ ਸਪੁੱਤਰਾਂ ਸਰਦਾਰ ਬਲਵੀਰ ਸਿੰਘ ਅਤੇ ਪਰਮਜੀਤ ਸਿੰਘ, ਅਜਮੇਰ ਸਿੰਘ ਦਾਨੀ, ਮਜੈਲ ਸਿੰਘ ਵਿਰਾਗੀ, ਬਲਦੇਵ ਸਿੰਘ ਪੰਚ, ਦੇਵਰਾਜ ਪੰਚ, ਜਸਵੀਰ ਸਿੰਘ ਪੰਚ, ਸਰਦਾਰ ਜੋਗਾ ਸਿੰਘ ਕੈਨੇਡਾ, ਕੁਲਦੀਪ ਕੌਰ ਪੰਚ, ਜਸਵਿੰਦਰ ਕੌਰ ਪੰਚ, ਮਹਿਮਾ ਸਿੰਘ, ਜਸਪਾਲ ਸਿੰਘ ਪੱਟੀ, ਜਤਿੰਦਰ ਸਿੰਘ PAP ਅਤੇ ਹਰਪਾਲ ਸਿੰਘ ਸੁੱਖਾ ਵੀ ਵਧਾਈ ਦੇ ਪਾਤਰ ਹਨ। ਅੰਤ ਵਿੱਚ ਸਰਦਾਰ ਤਰਨਜੀਤ ਸਿੰਘ ਸਰਪੰਚ ਪਿੰਡ ਸੁੱਜੋ ਅਤੇ ਪ੍ਰਧਾਨ ਸ਼ਹੀਦ ਤਰਸੇਮ ਲਾਲ ਸਪੋਰਟਸ ਕਲੱਬ ਨੇ ਸਾਡੇ ਪ੍ਰਤੀਨਿਧ ਅਵਤਾਰ ਸਿੰਘ ਗੋਵਿੰਦਪੁਰੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹੀਦ ਤਰਸੇਮ ਲਾਲ ਜੂਰ ਸਪੋਰਟਸ ਕਲੱਬ ਵੱਲੋਂ 34ਵੇਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਲਗਭਗ 20 ਟੀਮਾਂ ਨੇ ਭਾਗ ਲਿਆ। ਇਹ ਜੋ ਫੁੱਟਬਾਲ ਟੂਰਨਾਮੈਂਟ 5 ਦਿਨਾਂ ਤੋਂ ਚੱਲ ਰਿਹਾ ਹੈ, ਬਹੁਤ ਵਧੀਆ ਤਾਂ ਉਤਸ਼ਾਹ ਨਾਲ ਮੈਚ ਚੱਲ ਰਹੇ ਹਨ, ਜਿਨ੍ਹਾਂ ਵਿੱਚ ਮੇਰੇ NRA ਵੀਰ, ਕਲੱਬ ਦੇ ਮੈਂਬਰ, ਨੌਜਵਾਨ ਇਹਦਾ ਬਹੁਤ ਸਹਿਯੋਗ ਰਿਹਾ। ਟੂਰਨਾਮੈਂਟ ਦੇ ਆਖਰੀ ਦਿਨ ਵਿੱਚ ਜੇਤੂ ਉਪ ਜੇਤੂ ਟੀਮਾਂ ਨੂੰ ਟਰੋਫੀਆਂ ਦੇ ਵੱਡੇ ਨਗਦ ਇਨਾਮ ਦੇ ਕੇ ਨਿਵਾਜਿਆ ਗਿਆ। ਮੈਂ ਇਹਨਾਂ ਪਲੇਅਰ ਖਿਡਾਰੀਆਂ ਦਾ ਬਹੁਤ ਧੰਨਵਾਦੀ ਹਾਂ। ਮੈਂ ਅੱਗੇ ਤੋਂ ਆਸ ਰੱਖਦਾ ਸਾਡਾ ਇਸ ਤਰ੍ਹਾਂ ਦਾ ਸਾਥ ਦੇਣ ਦੇ ਨਾਲ। ਧੰਨਵਾਦ।